मॉइस्चर करके छोटे जिम्मेदार आड़ती दो असल मशीन 9 साढ़े 8 9 बजे तो बाद चलिया भी जो 6 से 7 दिता है उसी सानू 8 से 9 या 9 से 9 कर देने क्योंकि रात में 2 घंटे मशीन चल जाती है जी उसे सोशल डिस्टेंस रहना जी दिक्कत आ रही है जिहड़ा डे टाइम ते बंदे इकट्ठे हुंदे ने जी लिफ्टिंग शुरू हो गई लिफ्टिंग कल स्टार्ट करा अज करनी सी बारिश हो गई थी रात करके अज सवेरे मैं आप खुद भरा के लिया अपनी रोड खाली पई है जी जे सोशल डिस्टेंस रख के सानू रोड ते लाउंदे स्टेडियम खाली पैने चारदारी
ਆ ਮਤਲਬ ਭਾਵੇਂ ਉਨੀ ਉਨੀ ਦੇਰ ਜਿੰਨੀ ਦੇਰ ਉਹਨਾਂ ਦਾ ਕੂਪਨ ਦੀ ਵਾਰੀ ਨਹੀਂ ਆਉਂਦੀ ਉਨੀ ਦੇਰ ਉੱਥੇ ਉੱਥੇ ਖਾ ਲਓ ਕਿਉਂਕਿ ਇਹ ਕਿਸਾਨ ਤੇ ਇਹ ਆਰ ਕਿਸਾਨ ਤੇ ਸੈਲਰ ਵਾਲੇ ਦੇ ਵਿੱਚ ਆਪਸ ਦੀ ਸਰਦਵਾਰ ਕੇ ਚੱਲ ਰਿਹਾ ਜੋ ਕਿ ਨਾ ਕਰਦੇ ਨੇ ਪਰ ਕੂਪਨ ਦੇ ਮੁਤਾਬਕ ਹੀ ਭਰਨਗੇ ਉਨੀ ਉਨੀ ਤੇ ਜਿਹੜਾ ਜਿਹੜਾ ਕਿਸਾਨ ਹੈ ਉਹਦੀ ਰਾਖੀ ਕਰ ਲਿਆ ਉਹਦੀ ਢੇਰੀ ਦੀ ਪਰ ਅੰਦਰ ਤਾਂ ਕਰੇ ਨਾ ਚਾਰ ਦੀਵਾਰੀ ਦੀ ਉੱਥੇ ਉਹਦੇ ਕੋਲੇ ਉਹ ਸੈਲਰ ਕੋਲੇ ਤਰਪਾਲ ਵੀ ਹੋਊਗੀ ਜੇ ਇਨਕੇਸ ਕੋਈ ਇੱਦਾਂ ਦਾ ਹੁੰਦਾ ਠੀਕ ਹੈ ਸਰ ਹੋਰ ਕੋਈ ਕਿਸੇ ਕਿਸਮ ਦੀ ਕੋਈ ਬਾਕੀ ਥੋੜ੍ਹਾ ਜਿਹਾ ਨਾ ਜਿਵੇਂ ਡੀ ਐਮ ਪਨਸਪ ਜਾਂ ਡੀ ਐਮ ਪਨਗ੍ਰੇਨ ਡੀ ਐਮ ਐਫ ਸੀ ਆਈ ਉਹਨਾਂ ਨੂੰ ਥੋੜ੍ਹਾ ਜਿਹਾ ਬੁਲਾ ਕੇ ਨਾ ਥੋੜ੍ਹਾ ਜਿਹਾ ਰਿਲੈਕਸੇਸ਼ਨ ਕਰ ਦੇ ਲਿਆ ਕਰੋ ਉੱਥੇ ਮੋਇਸਚਰ 'ਚ ਨਾ ਕਈ ਵਾਰੀ 12:30 ਵਾਲਾ ਵੀ ਨਹੀਂ ਲੈਂਦੇ ਹੁਣ ਤਾਂ ਮੌਸਮ ਇੱਦਾਂ ਦਾ ਸਰ ਕਿ ਆਪਾਂ ਨੂੰ ਐਮਰਜੈਂਸੀ ਲੱਗਣੀ ਹੈ ਤਾਂ ਥੋੜ੍ਹੀ ਜਿਹੀ ਰਿਲੈਕਸੇਸ਼ਨ ਕਰ 12:30 ਮਸ਼ੀਨ ਚੱਲੇਗੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਜੋ ਛੋਟੇ ਆੜਤੀ ਨੇ ਹੁਣ ਸਾਡੇ ਆੜਤੀ ਨੂੰ 5 ਪਾਸ ਮਿਲੇ ਸੀ 5 ਟਾਲੀਆਂ ਦੇ ਟਰਾਲੀਆਂ ਉਹਦੇ ਕੋਲ 7 ਦੂਜਾ ਆੜਤੀ ਪਾਸ ਨਹੀਂ ਦੇ ਰਿਹਾ ਜੀ ਜਾਂ ਤਾਂ ਉੱਥੋਂ ਵੀ ਉੱਥੋਂ ਕਰ ਦਿਓ ਵੀ ਜਿੰਨੇ ਡਿਮਾਂਡ ਕਰਦਾ ਆੜਤੀ ਆ ਉਹਨੂੰ ਉਨੇ ਪਾਸ ਇਸ਼ੂ ਕਰਵਾ ਦਿਆ ਕਰੋ ਜੀ ਡਿਮਾਂਡ ਤਾਂ 50 ਦੀ ਚੱਲਦੀ ਨਹੀਂ ਜੀ ਆਏ ਨਹੀਂ ਸਰ ਜਿਵੇਂ ਹੁਣ ਸਾਡੇ ਕੋਲ 7 ਟਰਾਲੀਆਂ ਨੇ ਸਾਨੂੰ 7 ਦੇ ਆਏ ਜਿਵੇਂ ਟੋਟਲ 20 ਕਰਨੇ ਜੀ ਨਹੀਂ ਨਹੀਂ ਸਰ ਤੁਹਾਡੇ ਟੋਟਲ ਆਪਾਂ ਮੰਨ ਲਓ ਜਿਹੜੇ ਜ਼ਿਮੀਂਦਾਰਾਂ ਕੋਲ ਆੜਤੀ ਲੱਗਿਆ ਫਿਰ ਆੜਤੀ ਆ ਟਾਈਮ ਦੇ ਰਿਹਾ ਵੀ ਭਾਈ ਤੁਸੀਂ ਉਧਰ ਵੱਡੇ ਉਧਰ ਵੱਡੇ ਹੋ ਨਹੀਂ ਸਰ ਕਣਕ ਤਾਂ ਜਿਵੇਂ ਹੁਣ ਆ ਰਹੀ ਆ ਉਵੇਂ ਵੱਢੀ ਜਾਂਦਾ ਬਾਈ ਜੀ ਹੁਣ ਉਹ ਫਿਰ ਸਰ ਉਹੀ ਤਾਂ ਗੱਲ ਆ ਬਾਈ ਹੁਣ ਟਰਾਲੀ ਇੱਕ ਸਾਰਾ ਕੋਈ ਟਰਾਲੀ ਨਹੀਂ ਹੈ 5 ਟਰਾਲੀਆਂ ਕਿਸੇ ਕੋਲ ਨਹੀਂ ਹੈ ਭਾਈ ਜੀ ਘਟੀ ਪਹਿਲਾਂ ਸੀ ਖੇਤ ਸਿੱਟੀ ਜੇ ਉੱਥੇ ਲੱਗੀ ਸਮੇਂ ਦਾ ਮਤਲਬ ਆ ਪਈ ਜਾਂਦਾ ਜੀ ਨਹੀਂ ਤੇਰੀ ਮੰਡੀ ਚ ਆ ਗਈ
ला ले सानू उथो चकनी ना पवे दुबारे ਲੇਬਰ ਵਗੈਰਾ ਸਾਰਾ ਸੈਨੇਟਾਈਜ਼ ਕਰ ਦੋ।
कर लो कोई गल नहीं, हाँ असि गल कर लेंगे आप, थोड़े थोड़े हकों वास्ते आए। ਹੋਰ ਕੋਈ ਕਿਸੇ ਕਿਸੇ ਮਤਲਬ ਸੈਨੇਟਾਈਜ਼ਰ ਵਗੈਰਾ ਹੈਗੇ ਨੇ ਤੁਹਾਡੇ ਕੋਲ? ਹਾਂਜੀ ਹਾਂਜੀ ਲੱਗੇ ਹੋਏ ਸਾਰੇ। ਹਾਂ ਉਹਦੇ ਬਾਰੇ ਜਾਣਕਾਰੀ ਦਿੰਦੇ ਸਰ? ਹਾਂਜੀ 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 ਸਾਰੇ ਕੋਲ ਨਾਲ ਹੀ ਲੱਗੇ ਹੋਏ ਆ ਰੱਖੇ ਵੱਡੇ ਦੇ ਸਾਰੇ ਚਾਰ ਲੱਗੇ ਨੇ ਸੱਤ ਤੋਂ ਨਾ ਸੈਨੇਟਾਈਜ਼ਰ ਨਾਲ ਰੱਖੇ। ਅੱਛਾ ਨਾ ਫੰਡ ਹਾਂਜੀ दूर हो गई दूर आरती भी सैनिटाइजर रखते हैं जिन्होंने मजदूर लेबर वगैरह इस मंडी अपना सैलर किन्ने नोटिफाइड ने मतलब जो मंडी बना दी गई जिले पता 107 नोटिफाइड उत्थे सीधा जाता है ना माल हाँ सीधा
एफसीआई भी सी थोड़ी ये कल हो गया मेरे मीटिंग करके जे 1500 1500 मिलता है दस मिलने गए पर मेरे को ट्रालियां छे आन गए चार हो किसी होर नू देखे बाद ले नहीं जी पहला देखो ਜਿਵੇਂ ਹੁਣ ਮੈਨੂੰ ਕੌੜੀਆਂ ਕੌੜੀਆਂ ਮੰਡੀ ਆ ਉੱਥੇ ਕੀ ਦਿੱਕਤ ਹੈ ਜਿਹੜਾ ਛੋਟਾ ਹੜ ਕੇ ਜਿਹਨੇ ਹਜੇ ਲਾਇਸੈਂਸੀ ਸਾਲ ਪਹਿਲਾਂ ਲਿਆ ਸੀਗਾ ਉਹਨੂੰ ਹਜੇ ਤੱਕ ਇੱਕ ਪਾਸ ਨਹੀਂ ਮਿਲਿਆ ਅਤੇ ਜਿਹੜੇ ਕਈਆਂ ਨੂੰ ਪਤਾ ਤਿੰਨ ਚਾਚਾ ਐਂ ਨਾ ਹੋਵੇ ਨਾ ਕਿ ਛੋਟਾ ਹੜ ਤੇ ਮਾਰਿਆ ਜਾਵੇ ਕਿਉਂਕਿ ਫਿਰ ਜ਼ਿਮੀਦਾਰ ਕਹਿੰਦਾ ਤੁਹਾਨੂੰ ਪਾਸ ਤਾਂ ਮਿਲਦੇ ਨਹੀਂ ਮੈਂ ਤਾਂ ਕਿਤੇ ਹੋਰ ਜਾਊਂਗਾ ਲੇਬਰ ਵੀ ਨਹੀਂ ਉਹਦੇ ਸੈਕਟਰੀ ਸਾਹਿਬ ਜਿਵੇਂ ਮੇਰੇ 10 ਨਿਕਲੇ ਉਹ ਤੇ ਮੈਂ 5 ਦੀ ਲੋੜ ਆ ਮੈਂ 5 ਹੋਰ ਆੜ ਕਿਉਂ ਦੇ ਦਿੰਦਾ ਜੀ चौबी घंटे ਨਹੀਂ ਜੀ 48 ਘੰਟੇ ਪਹਿਲਾਂ ਅਸੀਂ ਪਾਸ ਹੀ ਸੀ ਕਰਦੇ ਜੀ 48 ਘੰਟੇ ਬਾਅਦ ਜਿਆਦਾ ਮੋਚਰ ਵੱਧਦਾ ਸਰ ਵੈਸੇ ਤਾਂ ਸਾਈਟ ਸਾਹਿਬ ਕਹਿੰਦੇ ਵੀ ਤੁਸੀਂ ਕੋਈ ਪਾਸ ਹੋਣਾ ਚਾਹੀਦਾ ਤੁਹਾਨੂੰ ਕੋਈ ਰੁਕ ਲੇਟ ਵੀ ਭਰਾ ਦੇ ਤਾਂ ਕੋਈ ਨਹੀਂ ਸਪੈਟਾ ਨੂੰ ਐਡਜਸਟਮੈਂਟ ਕਰੀ ਜੀ ਮਤਲਬ ਇਹ ਵੀ ਕੋਈ ਇਤਰਾਜ਼ ਨਹੀਂ ਵਾਰੀ ਕਰ ਸਕਦਾ ਸਰ ਮੈਂ ਅੱਜ ਪੀਐਮ ਸਾਹਿਬ ਨੂੰ ਚਿੱਠੀ ਲਿਖੀ ਹੈ ਮੈਨੂੰ ਲੱਗਦਾ ਵੀ ਉਹ ਕੋਈ ਨਾ ਕੋਈ ਦਾ ਨਤੀਜਾ ਆਊਗਾ ਵੀ ਜੇ ਤੁਸੀਂ ਲੰਬਾ ਕਰਨਾ ਹੈ ਸੀਜ਼ਨ ਤਾਂ ਤੁਸੀਂ ਐਪਰੀਸ਼ੀਏਟ ਤਾਂ ਕਰੋ ਨਾ ਵੀ ਜੇ ਕੋਈ ਜ਼ਿਮੀਦਾਰ ਹੈ ਜੇ ਰੱਖ ਸਕਦਾ ਘਰੇ ਤਾਂ ਜੇ ਵੀ ਉਹ ਮਈ 'ਚ ਲੈ ਕੇ ਆਊਗਾ 15 ਮਈ ਤੋਂ ਬਾਅਦ ਲੈ ਕੇ ਆਊਗਾ ਤਾਂ ਉਹਨੂੰ 100 ਰੁਪਇਆ ਪਰ ਕੁਇੰਟਲ ਬੋਨਸ ਦੇਵਾਂਗੇ ਜੇ ਜੂਨ 'ਚ ਲੈ ਕੇ ਆਊਗਾ 200 ਰੁਪਏ ਦੇਵਾਂਗੇ ਤਾਂ ਕੋਈ ਨਾ ਕੋਈ ਤਾਂ ਉਹ ਕਹਿੰਦਾ ਉਹਦੇ ਨਾਲ ਘੱਟ ਗਈ ਪਲੱਸ ਇਹ ਵੀ ਇੱਕ ਮੇਰੀ ਡੀ ਸੀ ਬਰਨਾਲਾ ਨਾਲ ਵੀ ਗੱਲ ਹੋਈ ਡੀ ਸੀ ਸੰਗਰੂਰ ਨਾਲ ਵੀ ਗੱਲ ਹੋਈ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਹੈਗਾ ਕਿ ਆਪਾਂ 45 ਦਿਨ ਹੀ ਚਲਾਉਣਾ ਹੈ ਜੇ ਤੁਸੀਂ ਪਹਿਲਾਂ ਪ੍ਰੋਕਰਮੈਂਟ ਕਰਕੇ ਕਰ ਦੋਗੇ 35 ਦਿਨਾਂ 'ਚ ਵੀ ਖਤਮ ਕਰ ਦੋਗੇ ਤਾਂ ਇਹ ਵਧੀਆ ਗੱਲ ਹੈ ਜ਼ਰੂਰੀ ਨਹੀਂ ਹੈਗਾ ਵੀ 45 ਦਿਨ ਟੱਚ ਹੀ ਕਰਨੇ ਨੇ ਜੇ ਤੁਹਾਨੂੰ ਪਹਿਲਾਂ ਬਾਰਦਾਨਾ ਤੁਹਾਡੇ ਕੋਲ ਸ਼ੈਲਰ ਪਏ ਨੇ ਤਾਂ ਸ਼ੈਲਰ ਨੂੰ ਸਿੱਧਾ ਜਾ ਰਿਹਾ 35 ਦਿਨਾਂ ਬਾਅਦ 'ਚ ਹੋ ਸਕਦੀ ਹੋ ਸਕਦਾ 45 ਤਾਂ ਮੈਕਸੀਮਮ ਲਿਮਿਟ ਇਹ ਨਹੀਂ ਹੈਗਾ ਵੀ 45 ਤੱਕ ਹੀ ਜਾਣਾ ਆਪਾਂ ਵੀ ਨਹੀਂ ਯਾਰ ਅੱਜ ਰੁਕ ਜਾਂਦੇ ਹਾਂ ਜੀ ਆਪਣੇ ਕੋਲ ਦਿਨ ਬਹੁਤ ਪਏ ਨੇ ਇਹ ਨਾ ਦੇਖੋ ਨਹੀਂ ਜੀ ਇਹੋ ਜੀ ਤੂੰ ਕਰ ਹਾਂ ਕੋਈ ਹੋਰ ਪ੍ਰਸ਼ਾਸਨਿਕ ਪੱਧਰ 'ਤੇ ਹੋਈ MLA ਸਾਹਿਬ ਹੈਗੇ ਨੇ ਮੇਰੇ ਨਾਲ ਗੱਲ ਕਰ ਲਿਓ ਜਦੋਂ ਮਰਜ਼ੀ ਕਿਸੇ ਕਿਸਮ ਦੀ ਪਾਣੀ ਪੀਣ ਵਾਲੇ ਪਾਣੀ ਵਗੈਰਾ ਦਾ ਪ੍ਰਬੰਧ ਹੈ ਪੂਰਾ ਪ੍ਰਬੰਧ ਮੈਂ ਆਉਂਦਾ ਰਹੂੰਗਾ ਕੋਈ ਗੱਲ ਨਹੀਂ ਠੀਕ ਹੈ ਤੇ ਬਾਕੀ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਬਿਮਾਰੀ ਜਿਹੜੀ ਹੈ ਇਹ ਨਾ ਰਾਜਾ ਦੇਖਦੀ ਹੈ ਨਾ ਰੰਕ ਦੇਖਦੀ ਹੈ ਨਾ ਗਰੀਬ ਦੇਖਦੀ ਹੈ ਨਾ ਅਮੀਰ ਦੇਖਦੀ ਹੈ ਨਾ ਗੋਰਾ ਦੇਖਦੀ ਹੈ ਨਾ ਕਾਲਾ ਦੇਖਦੀ ਇਹ ਬਿਮਾਰੀ ਜਿਹੜੀ ਹੈ ਇਹ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਹੈ ਅਮਰੀਕਾ ਵਰਗੇ ਜਿਹੜੇ ਆਪਣੇ ਆਪ ਨੂੰ ਵਰਲਡ ਪਾਵਰ ਕਹਾਉਂਦੇ ਸੀਗੇ ਅੱਜ ਉਹ ਬੁਰਾ ਹਾਲ ਹੋਇਆ ਪਿਆ ਉੱਥੇ ਇਹਦਾ ਇੱਕੋ ਹੀ ਹੱਲ ਹੈ ਫਿਲਹਾਲ ਕਿ ਆਪਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ ਜੇ ਬਾਹਰ ਆਉਣਾ ਤਾਂ ਮਾਸਕ ਪਾ ਕੇ ਇੱਕ ਲੋਕਡਾਊਨ ਦੇ ਵਿੱਚ ਘਰੇ ਰਹੋ ਅਤੇ ਹੱਥ ਧੋ ਕੇ ਜਾਂ ਜਦੋਂ ਵੀ ਕਿਤੇ ਕੋਈ ਗੱਲਬਾਤ ਕਰਨੀ ਹੈ ਦੂਰ ਰਹਿ ਕੇ ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਨਹੀਂ ਇਹ ਕੋਈ ਹੜ੍ਹ ਨਹੀਂ ਹੈਗੇ ਵੀ ਨੀਵੇਂ ਹਲਾਂਕੇ 'ਚ ਆਉਣਗੇ ਅਤੇ ਆਪਣੇ ਉੱਚੇ ਇਲਾਕੇ 'ਚ ਨਹੀਂ ਆਉਣੇ ਇਹ ਬਿਮਾਰੀ ਹੈ ਅੱਜ ACP ਲੁਧਿਆਣੇ ਦੀ ਡੈਥ ਹੋ ਗਈ ਹਾਂ ਮਤਲਬ ਕੈਨੇਡਾ ਦੀ ਪ੍ਰਧਾਨ ਮੰਤਰੀ ਦੀ ਵਾਈਫ ਨੂੰ ਪੋਜ਼ਿਟਿਵ ਆਇਆ ਸੀਗਾ ਠੀਕ ਹੈ ਨਾ ਸੋ ਬ੍ਰਿਟਿਸ਼ ਪ੍ਰਧਾਨ ਮੰਤਰੀ ਇੰਗਲੈਂਡ ਦਾ ਉਹ ਇਲਾਜ ਕਰਾ ਕੇ ਆਇਆ ਉੱਥੋਂ ਠੀਕ ਹੈ ਨਾ ਸੋ ਇਸ ਕਰਕੇ ਇਹ ਨਾ ਸਮਝੋ ਕਿ ਮੈਨੂੰ ਨਹੀਂ ਹੋਣਾ ਜੇ ਤੁਸੀਂ ਬਾਹਰ ਜਾਓਗੇ ਉਹ ਸਾਰਾ ਤੁਹਾਨੂੰ ਉਦੋਂ ਤੱਕ ਨਾ ਹੋਵੇ ਕਿਸੇ ਨੂੰ ਮਿਲ ਲਏ ਜਿਹਨੂੰ ਬਿਮਾਰੀ ਸੀ ਤਾਂ ਤੁਸੀਂ ਉਸ ਬਿਮਾਰੀ ਨੂੰ ਘਰੇ ਲੈ ਕੇ ਆਓਗੇ ਇੱਕ ਡਾਕਟਰ ਹੈ ਬਹੁਤ ਮੰਨੇ ਪਰਮੰਨੇ ਇੰਡੀਆ ਦੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਕਹਿੰਦੇ ਮਾਨ ਸਾਹਿਬ ਇਹ ਗੱਲ ਕਹੋ ਲੋਕਾਂ ਨੂੰ ਕਿ ਕਰੋਨਾ ਦੇ ਪੈਰ ਨਹੀਂ ਹੈਗੇ ਉਹ ਆਪ ਤੁਰ ਕੇ ਨਹੀਂ ਆ ਸਕਦਾ ਪੈਰ ਤੁਸੀਂ ਦਿਓਗੇ ਉਹਨੂੰ ਫਿਰ ਜੇ ਘਰੇ ਲੈ ਕੇ ਆਉਂਗੇ ਪੈਰ ਮੰਗਦਾ ਉਹ ਸੋ ਆਪਾਂ ਫਿਲਹਾਲ ਕੋਸ਼ਿਸ਼ ਕਰੀਏ ਕਿ ਉਹਨੂੰ ਪੈਰ ਨਾ ਦੇਈਏ ਜਿੱਥੇ ਹੈਗਾ ਉੱਥੇ ਖੜੇ ਹੋ ਅਤੇ ਇਨ ਦਾ ਮੀਨ ਟਾਈਮ ਹਸਪਤਾਲਾਂ ਦੇ ਵਿੱਚ ਵੀ ਅਸੀਂ ਸਾਰਾ ਜਾਇਜ਼ਾ ਲੈਂਦੇ ਹਾਂ ਰਾਸ਼ਨ ਦੀ ਜਾਂ
ਉਹਦੀਆਂ ਕੁਝ ਦਿੱਕਤਾਂ ਸੀ ਕਿ ਪੱਖਪਾਤ ਹੋ ਰਿਹਾ ਰਾਸ਼ਨ ਵੰਡਣ 'ਚ ਪਿੰਡਾਂ 'ਚ ਹੈ ਨਾ ਜਾਂ ਦਵਾਈਆਂ ਵੰਡਣ 'ਚ ਤਾਂ ਉਹ ਅਸੀਂ ਸਾਰਾ ਮੈਂ ਹੁਣ 5 ਵਜੇ ਮੀਟਿੰਗ ਇੱਥੋਂ ਸਿੱਧਾ ਜਾਊਂਗਾ ਸੰਗਰੂਰ ਡੀ ਸੀ ਸਾਹਿਬ ਨਾਲ ਮੀਟਿੰਗ ਕਰਦੇ ਹਾਂ ਸਾਰੇ ਅਫਸਰ ਅਸੀਂ ਅਤੇ ਬਹਿ ਕੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸਮੱਸਿਆਵਾਂ ਆਉਂਦੀਆਂ ਨੇ ਸਾਰੇ ਦਿਨ ਦੀਆਂ ਤਾਂ ਉਹਨਾਂ ਨੂੰ ਅਸੀਂ ਡਿਸਕਸ ਕਰਕੇ ਅਗਲੇ ਦਿਨ ਤੋਂ ਉਹਨਾਂ ਨੂੰ ਵੀ ਕਿਵੇਂ ਹੋਰ ਵਧੀਆ ਕਰ ਸਕਦੇ ਹਾਂ ਕਰ ਠੀਕ ਹੈ ਮਾਨ ਸਾਹਿਬ ਉਹ ਨਿਊਜ਼ ਦਿੱਤੀ ਆ ਇਹਦੇ ਬਾਹਰ ਬੈਂਕ ਦੇ ਬਾਹਰ ਲਾਈਨ ਲੱਗੀ ਉਹਨਾਂ ਨੇ ਉਹ ਗੋਲੇ 'ਚ ਪਾ ਕੇ ਲਾ ਦਿੱਤੀ ਜਿਹੜੇ 20-30 ਮੀਟਰ 'ਤੇ ਲਾਉਂਦੇ ਆ ਲੋਕਾਂ ਨੇ ਕਹਿੰਦੇ ਉਹਦੇ ਵਿੱਚ ਆਪਦੀਆਂ ਪਿੰਡ ਜਿਹੜਾ ਚੱਪਾਂ ਰੱਖ ਕੇ ਪਿਛਲੇ ਤੋਂ ਬੱਸ 'ਤੇ ਬੱਸ ਦੀ ਸੀਟ 'ਤੇ ਮਾਰ ਰੱਖ ਦੇ ਹਾਂ ਉਹਨੇ ਰੱਖ ਦੇ ਚੱਪਾਂ ਨੂੰ ਕਰੋਨਾ ਹੁੰਦਾ ਇਹ ਇਹ ਦੇਖੋ ਇਹ ਆਪਣੀ ਲਾ ਲਓ ਵੀ ਮੈਂ ਨਹੀਂ ਕਹਿੰਦਾ ਕਿ ਪਰ ਪਬਲਿਸਿਟੀ ਦੀ ਘਾਟ ਹੈ ਜਾਂ ਲੋਕ ਆਪ ਥੋੜ੍ਹੇ ਜਿਹੇ ਹੋ ਨੇ ਇਸ ਕਰਕੇ ਨਾ ਕਰੋ ਇੱਦਾਂ ਥੋੜ੍ਹੇ ਜਿਹੇ ਦਿਨ ਨੇ ਅਤੇ ਸ਼ਾਇਦ ਪਰਮਾਤਮਾ ਕਰੇ ਪੰਜਾਬ ਤਾਂ ਹਜੇ ਇੰਨਾ ਜ਼ਿਆਦਾ ਨਹੀਂ ਹੈਗਾ ਵਾਇਰਸ ਨਾਲ ਪੀੜਿਤ ਪਰ ਵਾਇਰਸ ਹੈ ਇਹ ਕਿਸੇ ਧਰਮ ਦਾ ਜਾਂ ਕਿਸੇ ਖਾਸ ਸਮੁਦਾਇ ਦਾ ਨਹੀਂ ਹੈਗਾ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਤਸੱਲੀ ਮੱਚੀ ਪਈ ਹੈ ਫਿਲਹਾਲ ਤਾਂ ਲੋਕਡਾਊਨ ਹੀ ਇਹਦਾ ਇਲਾਜ ਹੈ ਉਹ ਤੋਂ ਬਾਅਦ ਜੇ ਕੋਈ ਉਹਦੀ ਦਵਾਈ ਬਣਦੀ ਹੈ ਜਾਂ ਜ਼ਰੂਰ ਹੈ ਦੇਖਾਂਗੇ ਪਰ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ ਕਿ ਸਾਨੂੰ ਤੁਹਾਡੀ ਆਵਾਜ਼ ਤੱਕ ਪਹੁੰਚਾਈ ਜਾਵੇ ਅੱਜ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਤਾਂ ਪਰ ਕੱਟਾ ਹੀ ਮਿਲਦੀ ਹੈ ਨਾ ਲੇਬਰ ਹੁਣ ਪਹਿਲਾਂ 15 ਦਿਨਾਂ 'ਚ ਵੀ ਉੱਨੀ ਕਮਾਉਂਦੇ ਸੀ ਉਹ ਜੇ ਤਾਂ 15 ਦਿਨ ਦਾ ਹੁੰਦਾ ਸੀ ਹੁਣ 45 ਦਿਨ 'ਚ ਵੀ ਉੱਨੀ ਆਉਣਗੇ ਉਹਨਾਂ ਕੋਲ ਉਹਨੇ ਕਿਹਾ ਵੀ ਉਹਨਾਂ ਦੀ ਵੀ 2.5-3 ਗੁਣਾ ਵਧਾਓ ਫਿਰ ਉਹਨਾਂ ਦੀ ਲੇਬਰ ਹੈ ਨਾ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪੰਜਾਬ ਫਿਰ ਸੇਵਾ ਭਾਵਨਾ ਬਹੁਤ ਹੈ ਪੰਜਾਬ 'ਚ ਅਤੇ ਪਰ ਇਹ ਹੈ ਨਾ ਹੁਣ ਪਟਿਆਲੇ ਜ਼ਿਲ੍ਹੇ 'ਚੋਂ ਲੰਗਰ ਵੰਡਣ ਵਾਲੇ ਪੋਸਟਮ ਨਿਕਲਿਆ ਹੁਣ ਕਿੰਨਿਆਂ ਨੂੰ ਲੰਗਰ ਛਕਾਇਆ ਹੁਣ ਹੋਰ ਲੱਭਣੇ ਪੈਣਗੇ ਜੀ ਇਹ ਕਿਤਾਬਾਂ ਵੇਚਣ ਵਾਲਾ ਉਹ 100 ਵਿਦਿਆਰਥੀ ਤੋਂ ਕਿਤਾਬਾਂ ਲੈ ਕੇ ਗਿਆ ਜੀ ਉਹ ਪੋਸਟਮ ਨਿਕਲਿਆ ਹੁਣ ਕੌਣ ਕੌਣ ਉੱਥੇ ਕਿਤਾਬਾਂ ਲੈ ਕੇ ਗਿਆ ਜੀ ਇਸ ਕਰਕੇ ਕੋਸ਼ਿਸ਼ ਇਹੀ ਕਰੀਏ ਫਿਲਹਾਲ ਆਪਾਂ ਇਹ ਸੋਚੀ ਹਾਂ ਇਹ ਸੀ ਇਹੀ ਮੇਰੇ ਤਾਂ ਤੁਹਾਨੂੰ ਬੇਨਤੀ ਹੈ ਕਿ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ MLA ਸਾਹਿਬ ਹੈਗੇ ਨੇ ਲੋਕਲ ਨੇ ਮੇਰੇ ਨੰਬਰ ਹੈਗੇ ਨੇ ਤੁਹਾਡੇ ਕੋਲ ਜਦੋਂ ਮਰਜ਼ੀ ਸੰਪਰਕ ਕਰੋ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਦੂਲ ਦੇ ਜਿਹੜੇ ਆਪਣਾ ਹਜ਼ੂਰ ਸਾਹਿਬ ਜਿਹੜੇ ਤਖ਼ਤ ਸ੍ਰੀ ਹਜ਼ੂਰ ਸਾਹਿਬ 'ਤੇ ਪਏ ਸੀਗੇ ਨਵੇੜ ਦੇ ਵਿੱਚ 7-8 ਹਜ਼ਾਰ ਸ਼ਰਧਾਲੂ ਸਟੱਕ ਹੋਏ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਬੁਲਾਇਆ ਜਾਵੇ ਕੋਟੇ ਦੇ ਵਿੱਚ ਆਪਣੇ ਸਟੂਡੈਂਟ ਬੈਠੇ ਨੇ ਕੰਬਾਈਨਾਂ ਵਾਲੇ ਬਹੁਤ ਮੱਧ ਪ੍ਰਦੇਸ਼ ਦੇ ਕੁਆਟਰ ਦੇ ਬੰਦੇ ਬੈਠੇ ਨੇ ਟਰੱਕਾਂ ਵਾਲੇ ਬਹੁਤ ਸਾਰੇ ਬਾਹਰ ਬੈਠੇ ਨੇ ਹਾਂ ਮੈਂ ਅਸੀਂ ਸੰਗਰੂਰ ਦੇ ਬੁਲਾਏ ਉਹ ਫਿਰ ਤਿੰਨ ਚਾਰ ਸਟੇਟਾਂ ਵਿੱਚ ਵੀ ਆਪਦਾ ਆਪਦਾ ਹਰੇਕ ਦਾ ਰੂਲ ਹੈ ਨਾ ਰਾਜਸਥਾਨ ਨਾ ਤਾਂ ਕਿਸੇ ਨੂੰ ਵੜਨ ਦਿੰਦਾ ਨਾ ਬਾਹਰ ਨਿਕਲ ਦਿੰਦਾ ਰਾਜਸਥਾਨ ਨੇ ਤਾਂ ਬਾਰਡਰ ਸੀਲ ਕਰਤੇ ਆਪਦੇ ਨਾ ਕੋਈ ਅੰਦਰ ਆ ਸਕਦਾ ਜਿਹੜਾ ਅੰਦਰ ਹੈ ਉਹ ਅੰਦਰ ਹੀ ਜਾਊਗਾ ਇਸ ਕਰਕੇ ਹਰੇਕ ਨੂੰ ਤਾਂ ਰੂਲ ਹੈ ਕੋਈ ਗੱਲ ਨਹੀਂ ਉਹ ਫੋਰ ਦਾ ਬੈਸਟ ਕੋਈ ਕੋਈ ਨਾ ਕੋਈ ਕੁਦਰਤ ਵੱਲੋਂ ਕੋਈ ਸੁਨੇਹਾ ਹੈ ਆਪਾਂ ਨੂੰ ਕਿ ਭਾਈ ਗੁਣ ਕੇ ਨਾ ਸਮਾਨ ਸਾਫ਼ ਹੋ ਗਿਆ ਹੁਣ ਗੁਣ ਹੁਣ ਪਾਣੀ ਨੀਲਾ ਕਿਵੇਂ ਹੋ ਗਿਆ ਨਹਿਰਾਂ ਦਾ ਠੀਕ ਹੈ ਜੀ ਹੁਣ ਕਿਵੇਂ ਚਿੜੀਆਂ ਰੰਗ ਬਿਰੰਗੇ ਤੋਤੇ ਨਿਕਲੇ ਇੱਥੋਂ ਕੁਦਰਤ ਵੀ ਕਈ ਜਿਹੜੀ ਆ ਬਲਵਾਨ ਹੈ ਕਰਕੇ ਇਹਨਾਂ ਨੇ ਕਹੀ ਪਤਾ ਤੁਹਾਡੀ ਹਰ ਸੇਵਾ ਸਰਵਤ ਆ ਜਾਣਾ ਬਹੁਤ ਬਹੁਤ ਧੰਨਵਾਦ ਹੈਲੋ